ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਦੇ ਦਿਨ 12 ਬਹੁਤ ਛੋਟੇ ਸਾਹਿਬਜ਼ਾਦਿਆਂ ਨੂੰ ਫਿਰ ਸੂਬੇ ਦੀ ਕਚਹਿਰੀ 'ਚ ਬੁਲਾਇਆ ਗਿਆ। ਸੂਬੇ ਦੀ ਕਚਹਿਰੀ 'ਚ ਜਾ ਕੇ ਸਾਹਿਬਜ਼ਾਦਿਆਂ ਨੇ ਜ਼ੋਰ ਨਾਲ ਫਤਿਹ ਗਜਾਈ। ਸਾਰੇ ਜਿਹੜੇ ਦੁਸ਼ਮਣ ਸੀ ਉਹ ਕੰਬਣ ਲੱਗ ਗਏ। ਦੂਜੇ ਪਾਸੇ ਵਜ਼ੀਰ ਖਾਨ ਨੇ, ਜਿਹੜਾ ਨਵਾਬ ਸੀ ਮਲੇਰਕੋਟਲੇ ਦਾ, ਉਹਨੂੰ ਪੁੱਛਿਆ ਕਿ ਹਾਂਜੀ, ਇਹਨਾਂ ਦੇ ਪਿਤਾ ਨੇ ਤੁਹਾਡੇ ਭਰਾਵਾਂ ਨੂੰ ਮਰਾਇਆ ਆ, ਤੁਸੀਂ ਇਹਨਾਂ ਨੂੰ ਵੀ ਇਹੋ ਜਿਹੀ ਸਜ਼ਾ ਸੁਣਾਓ ਕਿ ਉਹ ਯਾਦ ਰੱਖੇ ਇਹਨਾਂ ਦਾ ਪਿਤਾ। ਤਾਂ ਉਹਨਾਂ ਨੇ ਇਹ ਕਿਹਾ, ਨਵਾਬ ਮਲੇਰਕੋਟਲਾ ਨੇ, ਕਿ ਨਹੀਂ, ਇਹ ਤਾਂ ਬੱਚੇ ਨੇ ਅਤੇ ਜਿਹੜੇ ਇਹਨਾਂ ਦੇ ਬਜ਼ੁਰਗ ਦਾਦੀ ਜੀ ਨੇ, ਅਸੀਂ ਉਹਨਾਂ ਨਾਲ ਬਦਲਾ ਨਹੀਂ ਲਵਾਂਗੇ, ਅਸੀਂ ਇਹਨਾਂ ਦੇ ਪਿਤਾ ਨਾਲ ਲਵਾਂਗੇ। ਉਹਨਾਂ ਨੇ ਹਾਂ ਦਾ ਨਾਰਾ ਦਿੱਤਾ। ਵਜ਼ੀਰ ਖਾਨ ਨੇ ਕਿਹਾ, ਚਲੋ ਠੀਕ ਹੈ, ਪਰ ਮੈਂ ਇਹਨਾਂ ਨੂੰ ਇੱਕ ਪ੍ਰਸ਼ਨ ਕਰੂੰਗਾ, ਉਹ ਪ੍ਰਸ਼ਨ ਇਹ ਹੈ ਕਿ ਇਹ ਵੱਡੇ ਹੋ ਕੇ ਕਰਨਗੇ ਕੀ। ਛੋਟੇ ਸਾਹਿਬਜ਼ਾਦੇ ਨੇ ਇਹ ਜਵਾਬ ਦਿੱਤਾ ਕਿ ਅਸੀਂ ਵੱਡੇ ਹੋ ਕੇ ਆਪਣੇ ਪਿਤਾ ਜੀ ਵਾਂਗੂ ਉੱਦਾਂ ਹੀ ਫੌਜਾਂ ਬਣਾਵਾਂਗੇ ਅਤੇ ਇੱਦਾਂ ਹੀ ਵੈਰੀਆਂ ਨਾਲ ਟਾਕਰੇ ਲੈਂਦੇ ਰਹਾਂਗੇ। ਵਜ਼ੀਰ ਖਾਨ ਨੇ ਫਿਰ ਗੁੱਸੇ ਵਿੱਚ ਆ ਕੇ ਕਾਜੀ ਨੂੰ ਕਿਹਾ ਕਿ ਤੁਸੀਂ ਫਤਵਾ ਦਿਓ, ਤੁਸੀਂ ਇਹਨਾਂ ਨੂੰ ਮੌਤ ਦੀ ਸਜ਼ਾ ਦਿਓ। ਤਾਂ ਕਾਜੀ ਨੇ ਉਦੋਂ ਇਹ ਸਜ਼ਾ ਦਿੱਤੀ ਕਿ ਹਾਂ ਵੀ ਇਹਨਾਂ ਨੂੰ ਨੀਹਾਂ ਦੇ ਵਿੱਚ ਜਿਹੜਾ ਉਹ ਚਿਣਵਾਇਆ ਜਾਵੇ, ਉਹ ਵੀ ਜਿੰਦਾ। ਸੋ ਇਹ ਇਹੋ ਜਿਹਾ ਫਤਵਾ ਸੀ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ। 13 ਪੋਹ ਨੂੰ ਇਹੋ ਜਿਹੀ ਸ਼ਹਾਦਤ ਹੋਣੀ ਸੀ ਜਿਹਨੇ ਸਿੱਖਾਂ ਦੇ ਖੂਨ ਦੇ ਵਿੱਚ ਇਹੋ ਜਿਹੀ ਗਰਮੀ ਭਰਨੀ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਸਿੱਖਾਂ ਨੂੰ ਪਹੁੰਚਾਉਣਾ ਸੀ। ਦੋਸਤੋ, ਗੱਲ ਇਹ ਹੈ ਕਿ ਆਪਾਂ ਸਾਹਿਬਜ਼ਾਦੇ ਨੂੰ ਹਮੇਸ਼ਾ ਮਨ ਦੇ ਵਿੱਚ ਵਸਾਈ ਰੱਖੀਏ, ਉਹਨਾਂ ਦੇ ਚਰਨਾਂ ਵਿੱਚ ਆਪਣਾ ਹਮੇਸ਼ਾ ਸੀਸ ਰੱਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।